ਕਿਤੋਂ ਨਹੀਂ ਆਦਾ ਰੋਲ ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਤੇਜ਼ ਪੰਜਾਬ ਨਿਊਜ਼ ਮੈਂ ਹਾਂ ਬੀਨੂ ਸ਼ਰਮਾ ਅੱਜ ਅਜੇ ਸਿੰਗਰ ਨਾਲ ਤੁਹਾਨੂੰ ਰੂਬਰੂ ਕਰਵਾਉਣ ਜਾ ਰਿਹਾ ਜਿਨ੍ਹਾਂ ਨੂੰ ਇੰਟਰੋਡਕਸ਼ਨ ਦੀ ਲੋੜ ਨਹੀਂ ਹੈਗੀ ਤਮਾਮ ਬਾਲੀਵੁੱਡ ਦੇ ਗਾਣੇ ਗਾ ਚੁੱਕੇ ਨੇ ਬਹੁਤ ਵਧੀਆ ਗਾਣੇ ਗਾਏ ਨੇ ਬੁੱਲਾ ਕੀ ਜਾਣੇ ਮੈਂ ਕੋ ਛੱਲਾ ਬੜੀ ਬੜੀ ਫਿਲਮਾਂ 'ਚ ਗਾਣੇ ਗਾ ਚੁੱਕੇ ਨੇ ਸਮੇਂ ਮੇਰੇ ਨਾਲ ਰੱਬੀ ਸ਼ੇਰਗਿੱਲ ਮੌਜੂਦ ਨੇ ਬੁੱਕ ਲਾਂਚ 'ਤੇ ਪਹੁੰਚੇ ਨੇ ਉਹਨਾਂ ਨਾਲ ਖਾਸ ਗੱਲਬਾਤ ਕਰਦੇ ਹਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸ਼ੁਕਰੀਆ ਜੀ ਸ਼ੁਕਰੀਆ ਰੱਬੀ ਤੁਸੀਂ ਬੁੱਕ ਲਾਂਚ 'ਤੇ ਪਹੁੰਚੇ ਹੋ ਬੁੱਕ ਬਹੁਤ ਵਧੀਆ ਟੌਪਿਕ 'ਤੇ ਲਿਖੀ ਗਈ ਹੈ ਕੀ ਕਹਿਣਾ ਚਾਹੋਗੇ ਬੁੱਕ ਬਾਰੇ ਬੜਾ ਲੋੜੀਂਦਾ ਟੌਪਿਕ ਸੀ ਔਰ ਬੜਾ ਚੰਗਾ ਕਿਸੇ ਨੇ ਇਹੋ ਜਿਹਾ ਉੱਦਮ ਲਿਆ ਔਰ ਮੈਂ ਮੁਬਾਰਕ ਦੇਵਾਂਗਾ ਉਹਨਾਂ ਨੂੰ ਮੈਂ ਤੁਹਾਡੇ ਜ਼ਰੀਏ ਕਿਸਾਨ ਵੀਰਾਂ ਨੂੰ ਔਰ ਤਮਾਮ ਲੋਕ ਜਿਨ੍ਹਾਂ ਨੇ ਅੰਦੋਲਨ ਨੂੰ ਸਪੋਰਟ ਕੀਤਾ ਇਹਨਾਂ ਸਾਰਿਆਂ ਦਾ ਸ਼ੁਕਰੀਆ ਕਰਨਾ ਚਾਹਾਂਗਾ ਅਤੇ ਜੇਕਰ ਤੁਹਾਡੇ ਸੌਂਗਸ ਦੀ ਗੱਲ ਕਰੀਏ ਹਰ ਜੌਨਰ ਦਾ ਸੌਂਗ ਤੁਸੀਂ ਗਾਇਆ ਕੀ ਕਹਿਣਾ ਚਾਹੋਗੇ ਕਿਹੜਾ ਅਜਿਹਾ ਸੌਂਗ ਹੈ ਜਿਹਦੇ ਵਿੱਚ ਤੁਹਾਨੂੰ ਖੁੱਲ੍ਹ ਕੇ ਐਕਸਪੈਰੀਮੈਂਟ ਕਰਨ ਦਾ ਮੌਕਾ ਮਿਲਿਆ ਬਤੌਰ ਗਾਇਕ ਝੱਲਾ ਅੱਛਾ ਸੀ ਰਹਿਮਾਨ ਦੇ ਨਾਲ ਜਿਹੜੇ ਦੋ ਗਾਣੇ ਗਾਏ ਮੈਂ ਝੱਲਾ ਅੱਛਾ ਸੀ ਤੂੰ ਮਨਸ਼ੂਦੀ ਵੀ ਅੱਛਾ ਸੀ ਜੀ ਇਹਨਾਂ ਦੇ ਵਿੱਚ ਮੈਨੂੰ ਐਕਸਪੈਰੀਮੈਂਟ ਕਰਨ ਦਾ ਮੌਕਾ ਮਿਲਿਆ ਅਤੇ ਬੀਂਗ ਅ ਸਿੰਗਰ ਬੈਸਟ ਐਕਸਪੀਰੀਅੰਸ ਕੀ ਰਿਹਾ ਹੁਣ ਤੱਕ ਤੁਹਾਡਾ ਬਾਲੀਵੁੱਡ 'ਚ ਜੇ ਗੱਲ ਕਰੀਏ ਤਾਂ ਹਰ ਕਿਸਮ ਦਾ ਗਾਣਾ ਗਾਇਆ ਜਿੱਦਾਂ ਹਰ ਤਰ੍ਹਾਂ ਦਾ ਫਲੇਵਰ ਗਾਣੇ 'ਚ ਦੇਖਣ ਨੂੰ ਮਿਲਿਆ ਆਡੀਅੰਸ ਅਤੇ ਫੈਨਸ ਨੂੰ ਬਹੁਤ ਪਸੰਦ ਕੀਤਾ ਗਿਆ ਤੁਹਾਡੇ ਗਾਣੇ ਦਾ ਜੀ ਹਾਂ ਮੈਨੂੰ ਜਿਹੜੀ ਸ਼ਾਹਰੁਖ ਖਾਨ ਦੀ ਫਿਲਮ ਸੀ ਜਬ ਤੱਕ ਜਾਨ ਉਹ ਬੜਾ ਚੰਗਾ ਐਕਸਪੀਰੀਅੰਸ ਸੀ ਉਸ ਦੇ ਵਿੱਚ ਸਾਰੇ ਲੋਕ ਬੜੇ ਨਾਮਵਰ ਸੀ ਬੜੇ ਸੰਜੀਦਾ ਲੋਕ ਸੀ ਬੜੇ ਸੀਰੀਅਸ ਔਰ ਬੜੇ ਕਮਾਲ ਦੇ ਕਿਰਦਾਰ ਦੇ ਲੋਕ ਸਨ ਗੁਲਜ਼ਾਰ ਸਾਹਿਬ ਸਨ ਯਸ਼ਰਾਜ ਜੀ ਸੀ ਰਹਿਮਾਨ ਹੈਗੇ ਸਨ ਸੋ ਇਹਨਾਂ ਦੇ ਨਾਲ ਉਹ ਇੱਕ ਇੱਕ ਜਿਹੜਾ ਤਜਰਬਾ ਸੀ ਉਹ ਬੜਾ ਬੇਮਿਸਾਲ ਸੀ ਰਬੀ ਜੀ ਗੱਲ ਕਰੀਏ ਪੰਜਾਬੀ ਕਲਚਰ ਦੀ ਬਹੁਤ ਪ੍ਰਮੋਟ ਕੀਤਾ ਜਾਂਦਾ ਪਰ ਜਿਹੜੀ ਅਸੀਂ ਯੁਵਾ ਪੀੜ੍ਹੀ ਆ ਉਹ ਇੰਨਾ ਨਹੀਂ ਉਹਨਾਂ ਨੂੰ ਪੰਜਾਬੀ ਕਲਚਰ ਬਾਰੇ ਪਤਾ ਕਿਉਂਕਿ ਹਾਲਾਂਕਿ ਬਜ਼ੁਰਗ ਦੱਸਦੇ ਨੇ ਕਿ ਇਹ ਆਪਣਾ ਕਲਚਰ ਹੁੰਦਾ ਸੀ ਇਹ ਸੱਭਿਅਤਾ ਹੈ ਇਹ ਚੀਜ਼ ਕਿਉਂ ਖਤਮ ਹੁੰਦੀ ਜਾ ਰਹੀ ਹੈ ਮੇਰੇ ਖਿਆਲ ਨਾਲ ਯੂਰਪ ਦਾ ਪਰਛਾਵਾਂ ਪੈ ਰਿਹਾ ਜੀ ਅਸੀਂ ਸਾਰੀ ਦੁਨੀਆ ਯੂਰਪ ਦੇ ਪਰਛਾਵੇਂ ਵਿੱਚ ਜਿਉਂਦੀ ਹੈ ਇੰਡੀਆ ਯੂਰਪ ਬਣਨਾ ਚਾਹੁੰਦਾ ਹੈ ਔਰ ਇੰਡੀਆ ਦੇ ਜਿਹੜੇ ਛੋਟੇ ਛੋਟੇ ਸੂਬੇ ਨੇ ਉਹ ਦਿੱਲੀ ਬਣਨਾ ਚਾਹੁੰਦੇ ਨੇ ਸੋ ਇਸੇ ਤਰ੍ਹਾਂ ਪੈਰੋ ਪੈਰ ਜਿਹੜਾ ਕੋਈ ਲੋਕਲ ਕਲਚਰ ਹੈ ਉਹ ਇਸ ਤਰ੍ਹਾਂ ਨਿਘਾਰ ਵੱਲ ਪੈਂਦਾ ਸੋ ਇਹੀਓ ਇੱਕ ਕਾਰਨ ਹੈ ਮੇਰੀ ਜੱਜ ਤੁਸੀਂ ਕਾਫਰ ਬੈਂਡ ਤੋਂ ਸ਼ੁਰੂਆਤ ਕੀਤੀ ਸੀ ਕਰੀਅਰ ਦੀ ਉਹ ਚੀਜ਼ ਬਹੁਤ ਮੈਟਰ ਰੱਖਦੀ ਹੈ ਉਸ ਤੋਂ ਬਾਅਦ ਬੈਕ ਟੂ ਬੈਕ ਤੁਸੀਂ ਜਿੰਗਲ 'ਚ ਵੀ ਗਾਏ ਦੇਣ ਫਿਰ ਬੁੱਲਾ ਕੀ ਜਾਣੇ 'ਚ ਮੌਕਾ ਮਿਲਿਆ ਉਹ ਚੀਜ਼ ਉਹ ਕਿੱਦਾਂ ਦਾ ਐਕਸਪੀਰੀਅੰਸ ਰਿਹਾ ਕਿਉਂਕਿ ਬਹੁਤ ਖਾਸ ਐਕਸਪੀਰੀਅੰਸ ਹੁੰਦਾ ਕਾਇੰਡ ਆਫ ਅ ਮੈਮਰੀ ਕੈਪਚਰਿੰਗ ਜੀ ਹਾਂ ਬਿਲਕੁਲ ਜਿਹੜੀਆਂ ਜਵਾਨੀ ਦੀਆਂ ਯਾਦਾਂ ਨੇ ਬਚਪਨ ਦੀਆਂ ਯਾਦਾਂ ਨੇ ਉਹ ਖੁਸ਼ਨੁਮਾਈ ਹੁੰਦੀਆਂ ਔਰ ਬੜੇ ਚੰਗੇ ਦਿਨ ਸੀ ਬੜੇ ਮੇਰੇ ਸੁਹਿਰਦ ਬੇਲੀ ਸੀ ਬੜਾ ਅਸੀਂ ਮਜ਼ਾ ਕਰਦੇ ਸੀ ਅਸੀਂ ਇੱਕ ਦੂਸਰੇ ਦੇ ਘਰ ਜਾ ਕੇ ਬੈਂਡ ਪ੍ਰੈਕਟਿਸ ਕਰਨੀ ਘੰਟਿਆਂ ਬੱਧੀ ਖੱਚਾਂ ਮਾਰਨੀਆਂ ਔਰ ਬੜਾ ਅੱਜ ਵੀ ਉਸ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਉਹਦੇ ਵਿੱਚ ਸਟੇਜ ਕਰਾਫਟ ਉਹਦੇ ਵਿੱਚ ਕਿਹੜਾ ਗਾਣਾ ਉਹਦੀ ਕਿਸ ਤਰ੍ਹਾਂ ਅਦਾਇਗੀ ਹੋਣੀ ਚਾਹੀਦੀ ਹੈ ਇਹੋ ਜਿਹੀਆਂ ਕੁਝ ਕੁਝ ਆਪਣੇ ਕਰਾਫਟ ਦੀਆਂ ਜਿਹੜੀਆਂ ਛੋਟੇ ਛੋਟੇ ਨੁਸਖੇ ਨੇ ਉਹ ਵੀ ਸਮਝ 'ਚ ਪਾਏ ਅਤੇ ਜਿੱਦਾਂ ਆਪਾਂ ਗੱਲ ਕੀਤੀ ਕਿਤਾਬ ਕਿਸਾਨੀ ਮੁੱਦੇ 'ਤੇ ਲਿਖੀ ਗਈ ਹੈ ਬਹੁਤ ਵਧੀਆ ਟੌਪਿਕ ਹੈ ਹੁਣ ਕਿਸਾਨ ਵੀਰਾਂ ਨੂੰ ਇੰਨੇ ਟਾਈਮ ਬਾਅਦ ਇਨਸਾਫ ਮਿਲਿਆ ਕੀ ਕਹਿਣਾ ਚਾਹੋਗੇ ਖੁਸ਼ੀ ਦੀ ਗੱਲ ਹੈ ਪੂਰੇ ਦੇਸ਼ ਵਾਸਤੇ ਪਰ ਜਿਹੜਾ ਸਰਕਾਰ ਦਾ ਸਿਸਟਮ ਹੈ ਉਹ ਹਾਲੇ ਵੀ ਕਿਤੇ ਨਾ ਕਿਤੇ ਕਮੀ ਹੈ ਸਹੀ ਕੰਮ ਤਰੀਕੇ ਨਾਲ ਨਹੀਂ ਕਰੀ ਸਰਕਾਰ ਕੀ ਕਹਿਣਾ ਚਾਹੋਗੇ ਦੇਖੀ ਸਰਕਾਰ ਤੁਹਾਡੀ ਮੇਰੀ ਬਣਦੀ ਹੈ ਸਾਨੂੰ ਲੋਕਾਂ ਨੂੰ ਜਦੋਂ ਤੱਕ ਅਸੀਂ ਆਪਣੀਆਂ ਮੰਗਾਂ ਨਹੀਂ ਰੱਖਾਂਗੇ ਆਪਣਾ ਸਾਡਾ ਹੱਕ ਇੱਥੇ ਰੱਖ ਜਦੋਂ ਅਸੀਂ ਇਸ ਤਰ੍ਹਾਂ ਦੀ ਵੰਗਾਰ ਨਹੀਂ ਪਾਵਾਂਗੇ ਜਦੋਂ ਤੱਕ ਅਸੀਂ ਆਪਣੇ ਹੱਕਾਂ ਵਾਲੇ ਬਾਰੇ ਜਾਣੂ ਨਹੀਂ ਹੋਵਾਂਗੇ ਉਦੋਂ ਤੱਕ ਅਸੀਂ ਸਰਕਾਰ ਤੋਂ ਉਮੀਦ ਰੱਖੀਏ ਇਹ ਨਾਕਾਫੀ ਹੈ ਔਰ ਸਾਨੂੰ ਸਾਰਿਆਂ ਨੂੰ ਆਪਣਾ ਰੋਲ ਸਮਝਣਾ ਪੈਣਾ ਸਾਨੂੰ ਸਮਝਣਾ ਪੈਣਾ ਕਿ ਸਰਕਾਰ ਨੂੰ ਸਰਕਾਰ ਨਾ ਦੇ ਜੰਤਰ ਨੂੰ ਜੋ ਤਾਕਤ ਦਿੰਦਾ ਉਹ ਤੁਸੀਂ ਔਰ ਮੈਂ ਹਾਂ ਔਰ ਸਰਕਾਰ ਸਾਡਾ ਆਖਾ ਇੰਨੀ ਔਰ ਜਿਹੜਾ ਸਾਡਾ ਹੱਕ ਨਿਆਂ ਦੀ ਗੱਲ ਇਸ ਨੂੰ ਮੋੜ ਨਹੀਂ ਸਕਦੀ ਸੋ ਜਨਤਾ ਨੂੰ ਆਪਣੀ ਤਾਕਤ ਦਾ ਅੰਦਾਜ਼ਾ ਹੋਣਾ ਚਾਹੀਦਾ ਤੁਹਾਡਾ ਸਿੰਗਿੰਗ ਵਿੱਚ ਫੇਵਰਟ ਜੌਨਰ ਦੀ ਗੱਲ ਕਰੀ ਤਾਂ ਫੇਵਰਟ ਜੌਨਰ ਕਿਹੜਾ ਹਰ ਕਿਸਮ ਦਾ ਗਾਣਾ ਤੁਸੀਂ ਗਾ ਚੁੱਕੇ ਹੋ ਮੈਂ ਰੌਕ ਤੋਂ ਸ਼ੁਰੂਆਤ ਕੀਤੀ ਸੀ ਮੈਨੂੰ ਰੌਕ ਬੜਾ ਪਸੰਦ ਹੈ ਮੈਨੂੰ ਪੰਜਾਬੀ ਮਿਊਜ਼ਿਕ ਬੜਾ ਪਸੰਦ ਹੈ ਸੋ ਇਹਨਾਂ ਦੋਵਾਂ ਦਾ ਜਿਹੜਾ ਸੁਮੇਲ ਹੈ ਉਹ ਮੈਨੂੰ ਚੰਗਾ ਲੱਗਦਾ ਰਬੀ ਜੇਕਰ ਹੁਣ ਦੀ ਸਿੰਗਿੰਗ ਦੀ ਗੱਲ ਕਰੀ ਤਾਂ ਬਹੁਤ ਐਕਸਪੈਰੀਮੈਂਟ ਹੋ ਰਿਹਾ ਹਾਲਾਂਕਿ ਸਿੰਗਿੰਗ ਡਿਫਰੈਂਟ ਆਪਾਂ ਜਿਹੜੀ ਪਹਿਲਾਂ ਦੀ ਸਿੰਗਿੰਗ ਹੁੰਦੀ ਸੀ ਉਹ 'ਚ ਇੱਕ ਸੋਲਫੁਲ ਮਿਊਜ਼ਿਕ ਹੁੰਦਾ ਸੀ ਹੁਣ ਤਾਂ ਮਤਲਬ ਬੀਟ ਹੈ ਰੈਪ ਹੈ ਜ਼ਿਆਦਾਤਰ ਆਡੀਅੰਸ ਉਹੀ ਸੁਣਦੇ ਨੇ ਕੀ ਰੀਜ਼ਨ ਹੈ ਕੀ ਉਹਨਾਂ ਨੂੰ ਕਿੰਨੀ ਕੁ ਅੰਡਰਸਟੈਂਡਿੰਗ ਹੈਗੀ ਮਿਊਜ਼ਿਕ ਦੀ ਦੇਖੋ ਅੰਡਰਸਟੈਂਡਿੰਗ ਜਿਹੜੀ ਜਿਹੜਾ ਮਿਊਜ਼ੀਕਲ ਫੋਰਮ ਹੈ ਉਹ ਬਦਲਦੀ ਰਹਿੰਦੀ ਹੈ ਹੋ ਸਕਦਾ ਉਸ ਤੋਂ ਪਹਿਲਾਂ ਜਿਹੜੇ ਗਾਉਣ ਵਾਲੇ ਨੇ ਜਿਸ ਵੇਲੇ ਮੁਹੰਮਦ ਰਫੀ ਹੋਰਾਂ ਨੇ ਗਾਣਾ ਸ਼ੁਰੂ ਕੀਤਾ ਹੋਵੇ ਹੋ ਸਕਦਾ ਕਈ ਜਿਹੜੇ ਖਬਰ ਸਾਜ਼ ਹੈ ਤੁਹਾਡੇ ਵਰਗੇ ਸਿਆਣੇ ਉਹਨਾਂ ਨੂੰ ਸ਼ਾਇਦ ਉਹਨਾਂ ਦੀ ਉਹ ਚੰਗੀ ਨਾ ਲੱਗੀ ਹੋਵੇ
जो असी सहगल होर सुनीए के एल सहगल उन्होंने जो म्यूजिक है वह ध्रुपद गायकी उत्ते बेस्ड है, वो बहुत एक धीमी चाल के नाल गाँवते। फिर मुहम्मद रफ़ी होरी आए, उन्होंने थोड़ा तेज़ किया। फिर किशोर कुमार दे आंदे आंदे वो म्यूजिक जिहड़ा अपने शिखर ते पहुँच गया। सो मेरे ख्याल नाल आ जिहड़े रूप है ये बदलते रहिंदे। जिहड़ी गल है मेन वो है कि उन्हां दा मसौदा की है। मेरी जाचे जिहड़ा मसौदा है वो रब है, वो बादशाह है। मसौदा मसौदे तो मेरी मुराद कि हर गाने दे विच हर बोल दे विच कविता होनी चाहीदी है, और असी इहो जिहा समाज बनीए जिहड़ा कि कविता समझ सके। यह हो सकता कि अज की तरीक दे विच बहुत चंगा सुल्तान बाहू वर्गा कवि आवे या पूरन सिंह वर्गा कवि आवे तो आके लंघ जाए सानू पता भी ना लगे, क्योंकि साडे लोकां दी कविता नू समझण दी जिहड़ी काबिलियत है वह घट गई है। सो मैं इहो कहांगा कि हर चीज़ कला भी गायकी भी साडे नाल ही बनती है। जिन्ने क असी सियाने होवोंगे उन्ना ही गायक सियाणा होवेगा। स्ट्रगल पीरियड किन्ना फेस करना पे, क्योंकि लाइफ ईजीली नहीं होंगी, समूथ नहीं होंगी, अपन स्ट्रगल पीरियड विचों गुजरना ही पैंदा। हाँ जी, स्ट्रगल दे हर बंदा करता तो आड़ी है, भी स्ट्रगल होगी तो जिंदगी भी इन्हों की जिंदगी भी स्ट्रगल है। स्ट्रगल जी है मेरे ख्याल साडे नूं थोड़ी ज़्यादा जिहड़ा मीडिया या तरजीह दे दिंदा जिहदे वास्ते मैं शुक्रगुजार हाँ, पर मैनूं लगता कि जिहड़ी असली स्ट्रगल है वो सड़क ते चाह विछण वाला ज़्यादा करता। उस दे विच पहली दे विच किसान ज़्यादा करता है, और कोई इमारत बना रहा दे इस दियां सड़कां बना रहा मजदूर ज़्यादा करता। ते हुण की एक्सपेक्टेशंस ने, किधर सोंग्स लेके आ रहे हो साल 2022 च? 2022 दे विच असीं कहिंदे सारे पासे मुबारक चढ़े, सारे दे काम रास होण, ते उहदे विच जिहड़ी आर्ट एंटरटेनमेंट है जिस जदों जदों इकोनमी चंगा करती उदों उदों असीं चंगा करते हैं। सो असीं इहो आस करते हैं कि असी सारे जिहड़े ने चंगे राह ते पैण, खुशहाली दे राह ते पैण, ते इहनां दे नाल साडी खुशहाली जिहड़ी है। असीं भी मैं उम्मीद करदा कि आउण वाले साल च कोई होर इस तरह दियां किरतां जिहड़ियां रब मौका देवेगा मैं तुहाडे तक लियावां। ते इक परफेक्ट जेंडिंग कर दो जिहड़ा थोड़ा गाणा जब तक है जांदा चला काफ़ी ओ है डिमांड च है। चला कि लभदा फिरे यारो दा घर केड़ा, लोकां तों पुछदा फिरे वे, चला हसदा फिरे वे, चला रोंदा फिरे, चला गली गली रुलदा फिरे वे, चले तू सबदा वे, चले तेरा कोई नहीं, चला गली गली रुलदा फिरे जी। तो देखिए सके बॉलीवुड सिंगर रवि शेरगिल जिन्होंने हर मुद्दे से खुल के गलबात की, किसानी मुद्दे बारे भी गलबात की, कि किताब बहुत सोहनी जी लिखी गई है अमनीत कौर द्वारा लिखी गई किताब है, तो अपनी गायकी के सफर बारे भी गलबात की, सू गाने भी सुना, एंटरटेन भी किया, तो जी ऐसी युवा पीढ़ी है उस बारे भी विचार साझे किए कि वह पंजाब इतनों क्यों भूलती जा रही है। तुम भी कमेंट्स राही विचार साझे कर सकते हो। बने रहो तेज़ पंजाब न्यूज़ नाल।